मम्मी जी ना नवा ही स्यापा पाई बैठे ने भी वीर जी नू ना फैक्ट्री दे मुहूर्त ते 11,000 शगन दा देना। वीरे ने कम ही दा नवा शुरू करया है, कोई विआह दा नहीं तरया होया जेडे मम्मी 11,000 शगन देन नू कहंदी है। बेमतलब दे फोन कर दियो, एक करने बंद कर दो। पुत आ की कह रही है तू? हुण थोनू ए भी हो भी मैं थोनू मुहूर्त ते बुलावा, पर मैं इन्नी कच्ची कूड़ी भी नहीं भी आपदे बणदे बणदे काम नू नजरां लवा लवां। मैं जिन्हों हथां ते चकदी रही उन्हें तो मिंट च मैनू ला के तरता। शैली ते राज दा पत्ता साफ, ओह नहीं हुण इत्थे आउण बारे सोच सकदे, इन्नियां खरियां खोटियां जो उन्हां नू सुणाईयां ने। की गल है जिहड़ी तुसीं मेरे तों लुकोई जांदे हो? पुत तेरी भाभी कहिंदी है भी उन्हां नाल साडा कोई रिश्ता नहीं, तां करके ओह आपां नू बुला के राजी नहीं करदा। पर वीरा, वीरे नू आपां इक वारी फोन करके पुछीए तां सही भी ओह की कहिंदा। प्रीत भी इही चाहुंदा आपां ना जाइए। बस मम्मी करदे सी ना रोजी 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 रोजी, देख लो देख लो रोजी ने की कीता थोड़े नाल। आ की है जी, थोड़ा दिमाग तो सैट आ, जे मेरे सट लग जांदी फिर। किधरे नहीं लगदी तेरे सट, हुण जेड़ी गल मैं पुछूंगा ना उहदा सच सच जवाब दई। मम्मी होनी फंक्शन ते कदे नहीं आए जी? मैनू की पता, मैं तां उहनां नूं फोन करके इनविटेशन दित्ता सी, ਹੁਣ ਆਉਣਾ ਨਾ ਆਉਣਾ ਅਗਲੇ ਦੀ ਮਰਜ਼ੀ ਆ। ਰੋਜੀ ਮੈਨੂੰ ਝੂਠ ਤੋਂ ਸਖਤ ਨਫ਼ਰਤ ਆ ਤੇ ਤੂੰ ਝੂਠ ਤੇ ਝੂਠ ਬੋਲੀ ਜਾਂਦੀ ਆ। ਨਾ ਮੈਂ ਕੀ ਝੂਠ ਬੋਲਿਆ, ਜੋ ਕੁਛ ਤੁਹਾਨੂੰ ਕਿਹਾ ਮੈਂ ਸੱਚ ਹੀ ਕਿਹਾ। ਇਹ ਸੱਚ ਨਹੀਂ ਹੈਗਾ, ਸੱਚ ਤਾਂ ਇਹ ਆ ਤੂੰ ਮੰਮੀ ਨੂੰ ਤੇ ਰਾਜ ਨੂੰ ਫੋਨ ਕੀਤਾ ਹੀ ਨਹੀਂ। ਨਹੀਂ ਜੀ, ਤੁਹਾਨੂੰ ਜ਼ਰੂਰ ਕੋਈ ਗਲਤ ਫਹਿਮੀ ਹੋਈ ਆ, ਮੈਂ ਤਾਂ ਫੋਨ ਕੀਤਾ ਸੀ, ਚਾਹੇ ਤੁਸੀਂ ਮੇਰਾ ਫੋਨ ਚੈੱਕ ਕਰ ਲਓ। ਮੈਨੂੰ ਚੈੱਕ ਕਰਨ ਦੀ ਲੋੜ ਨਹੀਂ, ਆ ਤੇਰੇ ਮੂੰਹ ਤੋਂ ਹੀ ਪਤਾ ਚੱਲ ਰਿਹਾ ਕਿ ਤੂੰ ਝੂਠ ਬੋਲਦੀ ਆ। ਮੈਂ ਤੇਰੇ ਤੋਂ ਹੋਰ ਝੂਠ ਨਹੀਂ ਸੁਣਨਾ, ਬਸ ਮੈਨੂੰ ਇਹ ਦੱਸ ਦੇ ਤੂੰ ਇਹ ਕੀਤਾ ਕਿਉਂ ਆ। ਤੁਸੀਂ ਤਾਂ ਐਵੇਂ ਝੂਠੀ ਗੱਲ ਨੂੰ ਸੱਚੀ ਸਾਬਤ ਕਰਨ ਲੱਗੇ ਹੋਏ ਹੋ ਨਾ, ਮੈਨੂੰ ਐ ਦੱਸੋ ਤੁਹਾਡੇ ਕੋਲ ਕੀ ਸਬੂਤ ਆ ਵੀ ਮੰਮੀ ਨੂੰ ਮਹੂਰਤ ਦਾ ਇਨਵੀਟੇਸ਼ਨ ਦਿੱਤਾ ਨਹੀਂ? ਮੈਨੂੰ ਪਤਾ ਸੀ ਤੂੰ ਮੰਨੇਗੀ ਨਹੀਂ, ਸਬੂਤ ਮੰਗੇਗੀ। ਜਦੋਂ ਅੱਧਾ ਫੰਕਸ਼ਨ ਹੋਇਆ ਮੈਂ ਦੇਖਿਆ ਮੰਮੀ ਹੁਣੀ ਆਏ ਨਹੀਂ, ਮੈਂ ਰਾਜ ਨੂੰ ਫੋਨ ਲਾਇਆ, ਰਾਜ ਨੇ ਮੈਨੂੰ ਕੀ ਕਿਹਾ ਆਹ ਰਿਕਾਰਡਿੰਗ ਸੁਣ ਲਾ ਉਹਦੀ। ਹਾਂਜੀ ਵੀਰੇ, ਕਿਵੇਂ ਯਾਦ ਕੀਤਾ? ਉਹ ਯਾਦ ਕੀਤਾ ਦਾ ਮਤਲਬ ਕੀ ਆ, ਕਿੱਥੇ ਹੋ ਤੁਸੀਂ, ਹਜੇ ਤੱਕ ਪਹੁੰਚੇ ਕਿਉਂ ਨਹੀਂ? ਵੀਰੇ ਅਸੀਂ ਕਿੱਥੇ ਆਉਣਾ, ਅਸੀਂ ਤਾਂ ਘਰੇ ਹੀ ਆ। ਘਰੇ ਹੋ? ਇਹਦਾ ਮਤਲਬ ਰੋਜੀ ਸਹੀ ਕਹਿੰਦੀ ਸੀ, ਤੁਸੀਂ ਮੇਰੀ ਤਰੱਕੀ ਦੇਖ ਕੇ ਜਲਦੇ ਹੋ, ਤਾਂ ਹੀ ਹਜੇ ਤੱਕ ਆਏ ਨਹੀਂ। ਵੀਰੇ ਫੈਕਟਰੀ ਦਾ ਮਹੂਰਤ ਅੱਜ ਸੀ, ਸਾਨੂੰ ਤਾਂ ਇਸ ਗੱਲ ਬਾਰੇ ਪਤਾ ਹੀ ਨਹੀਂ। ਉਹ ਰਾਜ ਤੂੰ ਝੂਠ ਕਿਉਂ ਬੋਲਦਾ, ਰੋਜੀ ਨੇ ਤਾਂ ਇਕੱਲੇ ਇਕੱਲੇ ਨੂੰ ਫੋਨ ਕੀਤਾ, ਤੂੰ ਕਹਿਣਾ ਸਾਨੂੰ ਪਤਾ ਹੀ ਨਹੀਂ। ਅੱਛਾ ਵੀਰੇ, ਇਹਦਾ ਮਤਲਬ ਜਿਵੇਂ ਤੁਹਾਨੂੰ ਭਾਬੀ ਨੇ ਦੱਸਤਾ ਤੁਸੀਂ ਨੇ ਉਸੇ ਨੂੰ ਸੱਚ ਮੰਨ ਲਿਆ, ਉਹ ਅਸਲ ਸੱਚ ਤਾਂ ਤੁਹਾਨੂੰ ਮੈਂ ਦੱਸਦਾ। ਵੀਰੇ ਭਾਬੀ ਦਾ ਸਾਨੂੰ ਕੋਈ ਫੋਨ ਨਹੀਂ ਆਇਆ, ਤੁਸੀਂ ਨਵੀਂ ਫੈਕਟਰੀ ਲਈ ਹੈ ਨਾ, ਇਹਦੇ ਬਾਰੇ ਵੀ ਸਾਨੂੰ ਸ਼ੁਭਨੀਤ ਨੇ ਦੱਸਿਆ। ਵੀਰੇ ਇਹ ਵੀ ਸਾਨੂੰ ਭੈਣ ਹੀ ਦੱਸ ਕੇ ਗਈ ਹੈ ਵੀ ਫੈਕਟਰੀ ਦਾ ਮੂਰਤ ਛੇਤੀ ਹੋਈ ਹੈ। ਮੰਮੀ ਨੇ ਤਾਂ ਸਗੋਂ ਕਈ ਵਾਰੀ ਭਾਬੀ ਨੂੰ ਫੋਨ ਕਰ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਹੈ, ਪਰ ਭਾਬੀ ਨੇ ਕੋਈ ਮੂਹਰੋਂ ਸੁਰ ਜਵਾਬ ਹੀ ਨਹੀਂ ਦਿੱਤਾ। ਉਹ ਮੈਂ ਤੇਰੀ ਗੱਲ ਦਾ ਕਿਵੇਂ ਯਕੀਨ ਕਰਾਂ ਕਿ ਰੋਜੀ ਨੇ ਤੁਹਾਨੂੰ ਬੁਲਾਇਆ ਹੀ ਨਹੀਂ? ਵੀਰ ਜੀ ਇਹ ਤਾਂ ਹੁਣ ਤੁਹਾਡੇ ਤੇ ਹੈ, ਤੁਸੀਂ ਨੇ ਗੱਲ ਤੇ ਯਕੀਨ ਕਰਨਾ ਜਾਂ ਨਹੀਂ ਕਰਨਾ। ਜੇ ਤੁਸੀਂ ਚਾਹੋ ਤਾਂ ਮੰਮੀ ਨਾਲ ਵੀ ਗੱਲ ਕਰਕੇ ਦੇਖ ਸਕਦੇ ਹੋ, ਕਿਉਂਕਿ ਮੰਮੀ ਨੂੰ ਨਾ ਕੱਲ ਭਾਬੀ ਫੋਨ ਦੇ ਉੱਪਰ ਬਹੁਤ ਬੋਲੀ ਹੈ। ਉਹ ਕਹਿੰਦੀ ਜੇ ਤੁਸੀਂ ਨੇ ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬੁਰਾ ਕੋਈ ਨਹੀਂ। ਰੋਜੀ ਮੰਮੀ ਨੂੰ ਬੋਲੀ ਆ? ਹਾਂਜੀ ਵੀਰੇ, ਨਾਲੇ ਮੇਰੀ ਇੰਨੀ ਘਟੀਆ ਸੋਚ ਨਹੀਂ ਹੈਗੀ ਵੀ ਮੈਂ ਆਪਦੇ ਭਰਾ ਦੀ ਤਰੱਕੀ ਤੇ ਜਲਾਂ। ਵੀਰੇ ਜੇ ਤੁਸੀਂ ਸਾਨੂੰ ਬੁਲਾਇਆ ਹੁੰਦਾ ਨਾ ਅਸੀਂ ਜ਼ਰੂਰ ਪਹੁੰਚਦੇ। ਹੁਣ ਬੋਲ, ਹੁਣ ਕੀ ਕਹੇਂਗੀ ਤੂੰ? ਹੱਦ ਆ ਜੀ ਤੁਹਾਡੀ, ਰਾਜ ਨੇ ਤਾਂ ਉਹੀ ਪਤਾ ਨਹੀਂ ਕੀ ਤੁਹਾਨੂੰ ਕਹਿਤਾ, ਐਵੇਂ ਉਰਲੀਆਂ ਪਰਲੀਆਂ ਜਿਹੀਆਂ ਮਾਰਤੀਆਂ ਤੇ ਤੁਸੀਂ ਉਹਦੀਆਂ ਗੱਲਾਂ ਤੇ ਯਕੀਨ ਕਰ ਲਿਆ? ਉਹ ਚੱਲ ਠੀਕ ਆ, ਮੰਨਿਆ ਰਾਜ ਝੂਠ ਬੋਲਦਾ, ਮੈਨੂੰ ਇੱਕ ਗੱਲ ਦੱਸ, ਤੇਰੇ ਪੇਕਿਆਂ ਚੋਂ ਪੂਰੇ ਦਾ ਪੂਰਾ ਟੱਬਰ ਆਇਆ ਸੀ, ਉਹਨਾਂ 'ਚ ਤਾਂ ਇੱਕ ਬੰਦਾ ਨਹੀਂ ਰਿਹਾ। ਕਿਉਂਕਿ ਉਹ ਸਾਰੇ ਤੁਹਾਡੀ ਤਰੱਕੀ ਦੇਖ ਕੇ ਖੁਸ਼ ਹੁੰਦੇ ਨੇ, ਰਾਜ ਵਾਂਗੂ ਮੱਚਦੇ ਨਹੀਂ। ਰੋਜੀ ਬੱਸ ਕਰ, ਝੂਠ ਦੇ ਸਿਰ ਤੇ ਰਿਸ਼ਤੇ ਨਹੀਂ ਨਿਭਦੇ ਹੁੰਦੇ,
उदन जा रही सी ना बैग चक के, काश तेन मैं जा लैन दिंदा, अज साडे दोनों भरावां च फर्क ना पैंदा। ओ चल कोई नहीं, अजे भी कोई बाली देर नहीं हुई, तू चक अपना बैग, मैं तेन छड़ के आना तेरे पेके। आए कि मैं छड़ के आने हो, यह मेरा घर आ, ते मेनू मेरे घर चो कोई नहीं कढ़ सकदा। अच्छा तेरा घर, चल ठीक आ फिर, तू इनू रख सामभ के, मैं चलिया इथों, मेनू जमीन जायदाद ना प्यार नहीं है, जे प्यार आ तां अपणिआं नाल। तुसी भी की गल्लां करदे हो जी, आ प्यार प्यूर तां दिखावे ने, जिहदे कोल पैसा हुंदा ना ओहदी ही वाह वाह हुंदी आ, ते जिहदे कोल नहीं हुंदा ना ओहनू कोई नहीं पुछदा। हुण तुसी देखो तुसी किहनू चुनना। जेहे जी तेरी सोच ओहो जी तू गल कर ली, मेरे लिए पैसा नहीं सब कुछ हैगा, मेरे लिए तां अपने सब कुछ ने, मेरी मां ते मेरा भरा। ना एदा मतलब तुसी ओना पिछे मेनू छड़ के जाओगे? ओ जेड़ी चीज तेनू चाहिदी सी ओ तां मिल गई, हुण तू रह पैसे ची, मैं चलिया छेती तेनू तलाक दे पेपर मिल जाणगे। तलाक? ना ना मैं नहीं इह होण दिंदी, जे गुरप्रीत चलिया गया फिर मैं एडे वड्डे घर विच कल्ली किवें रहूंगी? नहीं मैं नहीं रह सकदी, मेरे तो बहुत वड्डी गलती होगी, जिहड़ा मैं मां पुत नूं आपस च तोड़न लगी हुई सी, पर इह गलती मेरे तो हुई आ ते इहनूं सुधारूंगी भी मैं ही। रुको जी, तू मैं तुहानूं जान नहीं दे सकदी। ना किहड़े हक नाल तू मैनूं रोकण लगी हुई आ? जी मेरे तो गलती होगी, हुण माफ भी कर दो मैनू, मैं मानदी आप दी गलती, आ देखो मैं कन्न भी फड़दी आ। इन्ना गुस्सा ना करो जी, कहंदे ने ना जदो सवेर दा भुल्लिया शाम नू घरे वापस आ जाए तां उहनू भुल्लिया नहीं कहंदे, जद मैं अपनी गलती मन्नदी आ तां तुसी मैनू माफ कर दो। चल ठीक आ, मैं तां तैनू माफ कर दिन्ना, पर तू इह सोचिया मेरी मां जिहड़ी तैनू अपनी धी समझदी आ उह तैनू माफ करू जां नहीं? तुसी मम्मी दी फिकर ना करो, उह तां मेरी मां, मैं आपे मना लूं उहनां नूं, ते अपनी गलतियां दी माफी भी मंग लूंगी उहनां तों। नाले हुण आपां दोवें इकट्ठे चलदे आ, मैं राज ते शैली तों भी अपनी गलती दी माफी मंगणी आ। चल ठीक आ फिर, चल आ जा चलीए, बाहर खड़ा मैं। हां जी चलदे आ, नाले आपां जांदे आ मठियाई दा डब्बा भी लैके चलांगे। ठीक आ जी, तुहानूं पता मम्मी ने कल दे गल दिल नूं लाई बैठे ने, ढंग नाल बुलाउंदे ही नहीं। चली तैनूं पता भी जदों भी तू कहिंदी सी ना मम्मी नूं उधर छड्डियो उधर भेज दो, मैं तैनूं क्यों गुस्से हुंदा सी, क्यों बोलदा सी मैं तैनूं, इही कारण सी उहदा। ओ मैनूं ना पता सी भाभी दा ਉਹ ਨਾ ਉੱਤੋਂ ਉੱਤੋਂ ਦਿਖਾਵਾ ਕਰਦੀ ਹੈ, ਉਹ ਨਾ ਤਾਂ ਮੰਮੀ ਨੂੰ ਬੁਲਾ ਕੇ ਰਾਜੀ ਹੈ ਨਾ ਉਹ ਆਪਦੇ ਕੋਲ ਰੱਖ ਕੇ ਰਾਜੀ ਹੈ, ਬਸ ਇਹੀ ਗੱਲ ਹੁਣ ਤੂੰ ਆਪਣੇ ਤੇ ਲਾ ਕੇ ਦੇਖ, ਜੇ ਤੇਰੀ ਭਰਜਾਈ ਤੇਰੇ ਮਾਂ ਬਾਪ ਨੂੰ ਨਾ ਪੁੱਛੇ ਤਾਂ ਤੂੰ ਉਹਨਾਂ ਨੂੰ ਉੱਥੇ ਰਹਿਣ ਦੇ ਦੇਂਗੀ? ਨਹੀਂ ਨਾ, ਬਸ ਇਹੀ ਗੱਲ, ਮੈਂ ਆਪਦੀ ਮਾਂ ਦੀ ਬੇਕਦਰੀ ਨਹੀਂ ਹੁੰਦੀ ਦੇਖ ਸਕਦਾ, ਉਹ ਮੈਨੂੰ ਪਤਾ ਉਹ ਮੇਰੇ ਤੋਂ ਵੱਧ ਵੱਡੇ ਭਰਾ ਤੇ ਭਰਜਾਈ ਦਾ ਕਰਦੀ ਹੈ। ਨਾਲੇ ਨਾ ਮੈਂ ਆਏ ਨਹੀਂ ਕਹਿੰਦਾ ਵੀ ਮੰਮੀ ਮੇਰਾ ਕਰਦੇ ਨਹੀਂ, ਉਹ ਕਰਦੇ ਨੇ ਪਰ ਉਹ ਕਹਿੰਦੇ ਨਹੀਂ ਵੀ ਘਰ ਦੇ ਵਿੱਚ ਨਾ ਸਭ ਤੋਂ ਵੱਧ ਤੇ ਉਹ ਇੱਕ ਬੱਚੇ ਦਾ ਹੀ ਹੁੰਦਾ ਤੇ ਉਹ ਤੇ ਉਹ ਵੱਡੇ ਵੀਰੇ ਦੇ ਹਿੱਸੇ ਆਇਆ ਹੋਇਆ। ਸ਼ੈਲੀ ਨਾਲੇ ਇੱਕ ਗੱਲ ਹੋਰ, ਮੈਂ ਨਾ ਮੰਮੀ ਨੂੰ ਉੱਥੇ ਭੇਜ ਕੇ ਉਹਨਾਂ ਦੀ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦਾ, ਤੂੰ ਆਪ ਹੀ ਸੋਚ ਕੱਲ ਮੰਮੀ ਨੂੰ ਫੋਨ ਦੇ ਉੱਪਰ ਭਾਬੀ ਨੇ ਕਿੰਨੀਆਂ ਗੱਲਾਂ ਸੁਣਾਈਆਂ ਨੇ, ਜੇ ਕਿਤੇ ਮੰਮੀ ਉਹਦੇ ਕੋਲ ਉੱਥੇ ਰਹਿੰਦੇ ਹੋਣ ਫੇਰ। ਪੁੱਤ ਮੈਨੂੰ ਮਾਫ ਕਰੇ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੂੰ ਮੇਰੇ ਬਾਰੇ ਇੰਨਾ ਸੋਚਦਾ। ਮੰਮੀ ਮਾਫੀ ਨਹੀਂ, ਤੁਸੀਂ ਤਾਂ ਬਸ ਆਪਦੇ ਪੁੱਤ ਨੂੰ ਹੁਕਮ ਕਰੋ। ਮੈਂ ਕੀ ਹੁਕਮ ਕਰਾਂ ਪੁੱਤ, ਮੇਰੀ ਤਾਂ ਨਾ ਰੋਜੀ ਨੇ ਮਾਤੀ ਮਾਰ ਰੱਖੀ ਹੈ, ਮੈਂ ਤਾਂ ਉਹਦਾ ਦਿਲੋਂ ਕੀਤਾ ਦਿਲੋਂ। ਪਰ ਪੁੱਤ ਉਹਨੇ ਤਾਂ ਮੈਨੂੰ ਖਰੀਆਂ ਖੋਟੀਆਂ ਸੁਣਾਉਣ ਨੂੰ ਮਿੰਟ ਲਾਇਆ, ਇਹਦੇ ਚ ਮੇਰਾ ਦੱਸ ਕੀ ਕਸੂਰ ਸੀ?
मम्मी ए थोड़ा दा कोई कसूर नहीं, सारी गलती भी ए भाभी दी है। पुत तेरी भाभी दी जो गलती हैगी हैगी, पर तेरा वीरा ओने भी ओदे मगर लग के आपदी मां नूं छड्डता। मम्मी भाभी ने जेड़ा कुछ थोड़े नाल कीता है ना, वीरे नूं तां ओदे बारे कुछ भी नहीं पता। की मतलब? मतलब यही मम्मी, वीरे दी फैक्ट्री दा ना अज मुहूर्त सी। ਜਦੋਂ ਵੀਰੇ ਨੇ ਫੋਨ ਕਰਕੇ ਮੈਨੂੰ ਪੁੱਛਿਆ ਵੀ ਆਪਾਂ ਕਿੱਥੇ ਪਹੁੰਚ ਗਏ, ਤੇ ਜਦੋਂ ਮੈਂ ਵੀਰੇ ਨੂੰ ਦੱਸਿਆ ਨਾ ਵੀ ਰੋਜੀ ਭਾਬੀ ਨੇ ਮਹੂਰਤ ਬਾਰੇ ਆਪਾਂ ਨੂੰ ਦੱਸਿਆ ਹੀ ਨਹੀਂ, ਤਾਂ ਵੀਰਾ ਤਾਂ ਆਪ ਸੁਣ ਕੇ ਸੁੰਨ ਹੋ ਗਿਆ। ਉਹ ਕਹਿੰਦਾ ਤੇਰੀ ਭਾਬੀ ਐਡਾ ਵੱਡਾ ਧੋਖਾ ਦੇ ਰਹੀ ਹੈ ਮੈਨੂੰ। ਨਾਲੇ ਮੰਮੀ ਵੀਰੇ ਨੂੰ ਨਾ ਮੈਂ ਕਹਿਤਾ ਸੀਗਾ ਵੀ ਹੁਣ ਜੋ ਕੁਛ ਹੋਣਾ ਸੀ ਹੋ ਗਿਆ, ਵੀ ਤੁਸੀਂ ਨੇ ਤਾਂ ਦੋਨਾਂ ਨੇ ਇਕੱਠਿਆਂ ਨੇ ਸਾਰੀ ਉਮਰ ਕੱਢਣੀ ਹੈ, ਹੁਣ ਤੁਸੀਂ ਭਾਬੀ ਨੂੰ ਕੁਛ ਨਾ ਕਹੋ। ਹਾਂ ਪੁੱਤ ਤੂੰ ਸਹੀ ਕਹਿ ਰਿਹਾ, ਪਰ ਤੁਸੀਂ ਦੋਵੇਂ ਵੀ ਮੈਨੂੰ ਮਾਫ ਕਰ ਦਿਓ, ਮੈਂ ਨਾ ਹੁਣ ਤੁਹਾਡੇ ਦੋਹਾਂ ਨਾ ਨਜ਼ਰਾਂ ਮਿਲਾਉਣ ਜੋਗੀ ਵੀ ਨਹੀਂ। ਨਾਲੇ ਪੁੱਤ ਮੈਂ ਕਿੰਨੀ ਗਲਤ ਸੋਚ ਰੱਖਦੀ ਸੀ ਵੀ ਸ਼ੈਲੀ ਰੋਜੀ ਦਾ ਮੁਕਾਬਲਾ ਨਹੀਂ ਕਰ ਸਕਦੀ, ਸੱਚੀਓ ਸ਼ੈਲੀ ਰੋਜੀ ਦਾ ਮੁਕਾਬਲਾ ਨਹੀਂ ਕਰ ਸਕਦੀ, ਕਿਉਂਕਿ ਨਾ ਸ਼ੈਲੀ ਹੈ ਹੀ ਰੋਜੀ ਨਾਲ 100 ਗੁਣਾ ਚੰਗੀ ਆ, ਇਹਨੂੰ ਪਤਾ ਵੀ ਆਪਣੇ ਨਾ ਕਿਵੇਂ ਵਰਤੀ ਜਾਵਾ। ਪੁੱਤ ਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੀ। ਮੰਮੀ ਮਾਫ਼ੀ ਨਾ ਮੰਗੋ, ਉਹ ਇੱਕ ਮਾਂ ਕਿਤੇ ਆਪਣੀ ਧੀ ਤੋਂ ਮਾਫ਼ੀ ਮੰਗਦੀ ਚੰਗੀ ਲੱਗਦੀ ਆ। ਹਾਂਜੀ ਮੰਮੀ ਸ਼ੈਲੀ ਨਾ ਬਿਲਕੁਲ ਠੀਕ ਕਹਿੰਦੀ ਹੈ, ਥੋੜ੍ਹੇ ਜਿਹੇ ਦਿਨਾਂ ਤੱਕ ਸਾਰਾ ਕੁਛ ਠੀਕ ਹੋ ਜਾਊਗਾ, ਨਾਲੇ ਮੈਂ ਤੁਹਾਨੂੰ ਵੀਰੇ ਨਾਲ ਵੀ ਮਨਾ ਲਿਉ, ਬਸ ਥੋੜ੍ਹਾ ਜਿਹਾ ਸਬਰ ਰੱਖੋ। ਹਾਂ ਪੁੱਤ। ਹਾਂਜੀ ਵੀਰੇ। ਠੀਕ ਹੈ ਜੀ। ਮੰਮੀ ਤੁਹਾਡੇ ਵਾਸਤੇ ਖੁਸ਼ੀ ਵਾਲੀ ਗੱਲ ਹੈ। ਕੀ ਪੁੱਤ? ਮੰਮੀ ਵੀਰਾ ਤੇ ਭਾਬੀ ਆ ਰਹੇ ਨੇ, ਉਹ ਵੀ ਤੁਹਾਡੇ ਤੋਂ ਮਾਫੀ ਮੰਗਣ। ਉਹ ਐਂ ਕੀ ਦੇਖਦੇ ਹੋ? ਉਹ ਭਾਬੀ ਨੂੰ ਨਾ ਆਪਦੀ ਗਲਤੀ ਦਾ ਪਛਤਾਵਾ ਹੈ, ਇਸ ਲਈ ਨਾ ਉਹ ਤੁਹਾਡੇ ਤੋਂ ਮਾਫੀ ਮੰਗਣ ਆ ਰਹੀ ਹੈ। ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਸਭ ਕੁਛ ਠੀਕ ਹੋਜੂ, ਬਸ ਸਬਰ ਰੱਖੋ। ਹਾਂ ਪੁੱਤ, ਸਬਰ ਦਾ ਫਲ ਨਾ ਮਿੱਠਾ ਹੀ ਹੁੰਦਾ। ਮੇਰੀ ਤਾਂ ਪੁੱਤ ਪਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਸਭ ਦੇ ਕਲੇਸ਼ ਖਤਮ ਹੋ ਜਾਣ ਤੇ ਸਭ ਰਲ ਮਿਲ ਕੇ ਰਹਿਣ ਤੇ ਪਿਆਰ ਨਾਲ ਰਹਿਣ। ਸਤਿ ਸ੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਸੀਰੀਜ਼ ਕਦਰ ਅਮੀਰ ਦੀ ਤੇ ਗਰੀਬ ਦੀ ਜ਼ਰੂਰ ਪਸੰਦ ਆਈ ਹੋਵੇਗੀ। ਜਿਨ੍ਹਾਂ ਜਿਨ੍ਹਾਂ ਨੂੰ ਪਸੰਦ ਆਈ ਹੈ ਜੀ, ਉਹ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸਿਓ ਤੇ ਅਗਲੀ ਸੀਰੀਜ਼ ਅਸੀਂ ਕਿਸ ਟੌਪਿਕ ਤੇ ਲੈ ਕੇ ਆਈਏ ਉਸ ਬਾਰੇ ਵੀ ਤੁਸੀਂ ਸਾਨੂੰ ਆਪਣੇ ਕਮੈਂਟਾਂ ਰਾਹੀਂ ਰਾਏ ਦਿਓ ਤੇ ਛੇਤੀ ਨਵੀਂ ਸੀਰੀ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਤਦ ਤੱਕ ਸਤਿ ਸ੍ਰੀ ਅਕਾਲ ਜੀ।